नजारे लैन डे मम्मी ने सताया आप नजारे लैन डे चल गया बुलेट लै गए अपना वीरा होवे मॉडिफाई करन वास्ते ऐतवार 9 बजे सवेरे वीडियो आनी जे कॉटन दे सूटां दी एंड सूट होने एक करिए माड़ा कैमरा घुमा के लिया अंदर जिहड़ा स्टॉक आया देखो कॉटन दे सूट आ गए ने विच जॉर्जेट दे भी है कुछ जॉर्जेट दे भी कॉटन दे भी जॉर्जेट दी पावांगे शनिवार इधर थल्ले कर कैमरा मैं रखी है ना इधर निकाल हेलो ये आपां पावांगे ऐतवार सेल इन्हां दी सारे जने चेक करियो देखो किन्ने किन्ने सोहणे सूट आउण लगे जे इधर दिखा दे हेलो आ थोड़े महंगे सूट ने आवले आवले सेल वाले सारे आ गए सब सेल तो जान अजे होर स्टॉक आना है अज मैं चलिया अजे होर स्टॉक आना सेल ऐतवार पावांगे कॉटन के सूटों की सेल जिदी के बड़ी ज़्यादा डिमांड जी बार बार कस्टमर कर रहे कि कॉटन की सेल लैके आओ एक बार फिर तो सारे फ्रैश स्टॉक ने ते होर अज नवा स्टॉक भी आ जाना अज कॉटन ਅੱਜ ਰਾਤ ਨੂੰ ਆਇਆ ਨਾ ਹਦੀ ਭੂਈ ਸੁੱਖ ਨੇ ਵੀ ਕਿੱਥੋਂ ਆਉਣਾ ਇਟਲੀ ਤੋਂ ਤੇ ਫਿਰ ਕੱਲ ਮਿਲਦੇ ਆ ਭੂਈ ਨੂੰ ਕਿਉਂਕਿ ਰਾਤ ਲੇਟ ਬਹੁਤ ਆਉਣਾ ਹਨਾ ਉਹਨਾਂ ਦਾ ਲੇਟ ਆਉਣਾ ਰਾਤ ਨੂੰ ਉਹਨਾਂ ਦਾ ਸਮਝ ਆਉਂਦਾ ਹੁੰਦਾ ਲੇਟ ਹਾਂ ਫਿਰ ਆਪਾਂ ਸਵੇਰੇ ਮਿਲਾਂਗੇ ਭੂਈ ਨੂੰ ਹਨਾ ਭੂਈ ਦਾ ਕਰਾਂਗੇ ਵੈਲਕਮ ਟੂ ਇੰਡੀਆ ਚਲੋ ਲਿਆਓ ਚਾਹ ਪਿਆਓ ਜਾਵਾਂ ਮੈਂ ਕੰਮ ਕਰੀਏ ਕੋਈ ਆਪਾਂ ਵੀ ਜਾਣਾ ਉਹਨਾਂ ਦਾ ਉਧਰੋਂ ਵਿਆਹ ਆ ਗਿਆ ਖਰਚੇ ਇੰਨੇ ਹੋਣ ਡਏ ਮਮਾ ਤੇਰੀ ਨੇ ਵੀ ਜਾਣਾ ਅੱਜ ਉਹ ਫੋਨ ਆਉਂਦਿਆ ਜੁੱਤੀ ਵਾਲਿਆਂ ਦਾ ਕਹਿੰਦੇ ਦੂਜੀ ਵੀ ਆ ਗਈ ਤੁਹਾਡੀ ਲੈ ਆਓ ਹਾਂ ਤੀਜੀ ਉਹ ਪਰ ਮੈਂ ਇਕੱਲਾ ਚੱਲਿਆ ਮੈਂ ਕਿਹਾ ਤੀਜੀ ਵੀ ਨਾ ਬੁੱਕ ਕਰਾ ਨਹੀਂ ਮੈਂ ਨਾਲ ਜਾਵਾਂਗੀ ਜੇ ਮੈਂ ਨਹੀਂ ਜਾਣਾ ਮੈਂ ਜਾਣਾ ਲਾਰੀ ਸੁਜਿੰਦਰ ਹੁਣ ਚੱਲ ਗਏ ਆ ਤੇ ਅਨੰਤ ਤੈਨੂੰ ਕਾਬੂ ਮੈਂ ਕਰਦੀ ਹੁਣ ਇੱਧਰ ਆ ਵੀ ਨਾ ਛੇਤੀ ਨਾ ਤੇਰੇ ਨਾਲ ਨੂੰ ਨਹੀਂ ਫਿਰਦਾ ਫਿਰਦਾ ਵਾ ਨਾਉਣ ਨਹੀਂ ਨਾ ਦਿਆ ਸਵੇਰ ਦਾ ਠੰਡ ਲੱਗਣ ਦੀ ਜਲਦੀ ਹਨਾ ਚੱਲ ਫਿਰ ਨਾਲਾ ਫਿਰ ਚੱਲੀਏ ਘੁੰਮ ਫਿਰ ਕੇ ਆਉਂਨੇ ਨਹੀਂ ਜਾਣਾ ਨਹੀਂ ਆਪ ਮੈਂ ਤਾਂ ਕਾਸ਼ ਚੱਲੀ ਹਾਂ ਮੰਮਾ ਜੀ ਕਾਸ਼ ਚੱਲਣ ਛੜੇ ਹੀ ਨਾ ਹੂੰ ਤੇ ਉਹ ਚੱਲਣ ਛੜੇ ਦਾ ਗਿਫਟ ਅੱਜ ਦੇ ਦੋ ਹਾਂ ਕੀ
ਪਾਰਕ ਇੱਥੇ ਹੈਗੀ ਆ ਗਰਾਊਂਡ ਵੱਲ ਉਧਰ ਲੈ ਜਾਂਦੇ ਨਾਨੂ ਨੀ ਆਉਂਦੇ ਫਿਰ ਜਾਂਦੇ ਆ ਮੈਂ ਵੰਡਰਲੈਂਡ ਜਾਣਾ ਵੰਡਰਲੈਂਡ ਉਹ ਹੁਣ ਮੈਰਿਜ ਤੋਂ ਬਾਅਦ ਆ ਠੀਕ ਹੈ ਕੇ ਅੱਜ ਜਾਣਾ ਵੰਡਰਲੈਂਡ ਅੱਜ ਕਿੱਥੇ ਜਾਣਾ ਹੈ ਵੰਡਰਲੈਂਡ ਅੱਜ ਕਿੱਥੇ ਜਾਣਾ ਹੈ ਅੱਜ ਨਾ ਨਾਨੂ ਹੁਣੀ ਇੱਥੇ ਨੇ ਨਾ ਪਾਪਾ ਇੱਥੇ ਜਾਣਾ ਕਿਹਦੇ ਨਾਲ ਹੀ ਹਾਂ ਹਾਂ ਹੋਰ ਤਾਂ ਕੋਈ ਕੰਮ ਨਹੀਂ ਨਾ ਆਪਾਂ ਨੂੰ ਸੌਂ ਜਾ ਇੱਥੇ ਸੌਂ ਜਾ ਚਲਾ ਨਹਾ ਵੀ ਉਹਨਾਂ ਦੀ ਛੇਤੀ ਕਰ ਆਨੰਦ ਹੋ ਗਿਆ ਹੁਣ ਲੰਚ ਟਾਈਮ ਆਨੰਦ ਨੂੰ ਜਿੱਦਣ ਛੁੱਟੀ ਹੋਵੇ ਉਦਣ ਸਾਰਾ ਦਿਨ ਉਹਨੂੰ ਭੁੱਖ ਲੱਗੀ ਰਹਿੰਦੀ ਹੈ ਨਾ ਟੀ ਵੀ ਵੇਖ ਲਿਆ ਸਵੇਰ ਤੋਂ ਟੀ ਵੀ ਭੁੱਖ ਟਿਕਟ ਇਨਸਾਨ ਹੈਂ ਟਿਕਟ ਇਨਸਾਨ ਮੇਰਾ ਫੇਵਰੇਟ ਆ ਅੱਛਾ ਆਨੰਦ ਮੈਂ ਕਿਹਾ ਸਬਜ਼ੀ ਨਾਲ ਰੋਟੀ ਖਾ ਕਹਿੰਦੀ ਨਹੀਂ ਚਾਹ ਚਾਰ ਨਾਲ ਬੜਾ ਮਜ਼ਾ ਆਉਂਦਾ ਦੁਪਹਿਰੇ ਹੈ ਨਾ ਹੁਣ ਬਹੁ ਸਿਰ ਵੀ ਵਗਾ ਲਾ ਠੀਕ ਹੈ ਸਵੇਰੇ ਸਕੂਲ ਵੀ ਜਾਣਾ ਹੁਣ ਇਹ ਨਹੀਂ ਪਤਾ ਛੁੱਟੀ ਆ ਕੇ ਆਹੋ ਮੈਸੇਜ ਤਾਂ ਕੋਈ ਆਇਆ ਨਹੀਂ ਅਜੇ ਮੈਮ ਦਾ ਵੈਸੇ ਸਾਰੇ ਕਹਿੰਦੇ ਸਰਕਾਰੀ ਛੁੱਟੀ ਹੋ ਗਈ ਕੱਲ੍ਹ ਚਲੋ ਵੇਖ ਲੈਂਦੇ ਜੇ ਹੋ ਗਈ ਹੋਊਗੀ ਤਾਂ ਫਿਰ ਤਾਂ ਬਹੁਤ ਵਧੀਆ ਰੋਟੀ ਖਤਮ ਵੀ ਕਰਨੀ ਵਧੀਆ ਥੱਲੇ ਲਗਾਈ ਆ ਅੱਗੇ ਮੈਂ ਕਿਹਾ ਇੰਨੀ ਸਪੀਡ ਤਾਂ ਹੈਗੀ ਨਹੀਂ ਤੇਰੀ ਅਨੂ ਇੱਥੇ ਸੁੱਟਤਾ ਏ ਅਨੂ ਤਾਂ ਫਿਰ ਤਾਂ ਖਾਣ ਦੀ ਰੋਟੀ ਅਨੂ ਸ਼ਾਮ ਦੇ ਪੌਣੇ ਅੱਠ ਹੋ ਗਏ ਤੇ ਗਰਮੀਆਂ ਚ ਤਾਂ ਸਮਝ ਲਓ ਸ਼ਾਮ ਹੀ ਹੋਈ ਪਰ ਹੁਣ ਚਾਲ ਆ ਗਿਆ ਉਹ ਪਾਪਾ ਵੀ ਆ ਗਏ ਉਹ ਪਾਪਾ ਵੀ ਆ ਗਏ ਅਈ ਬਾਜ ਘੱਟ ਕਰਤੀ ਨਾ ਕੋਈ ਨਹੀਂ ਆਇਆ ਪਾਪਾ ਵੀ ਰੋਣ ਆਇਆ ਕੋਈ ਸੂਟ ਵੀ ਨਾਲ ਆਏ ਜੇ ਓਹੋ ਉਹਨਾਂ ਨੇ ਰੋਟੀ ਖਾ ਲਈ ਹੈ ਹਾਂ ਮੈਂ ਚੀਜ਼ੀ ਲੈ ਕੇ ਆਇਆ ਉਹਨਾਂ ਦੇ ਲਈ ਕੀ ਲੈ ਕੇ ਆਉਂਦਾ ਉਹਨਾਂ ਦੇ ਵਾਸਤੇ ਮੈਂ ਬਣਾਇਆ ਸ਼ਾਹੀ ਪਨੀਰ ਬੜਾ ਸਵਾਦ ਹੈ ਹੋਟਲ ਵਾਲਾ ਖਾਣਾ ਫਿਰ ਉਹਨਾਂ ਬਰਗਰ ਮੈਂ ਖਾਣਾ ਉਹਨਾਂ ਕਹਿੰਦੇ ਰੋਟੀ ਖਾ ਲਈ ਹੁਣ ਮੇਰੇ ਵਾਸਤੇ ਕੀ ਲਿਆਉਂਦਾ ਜੀ ਤੇਰੀ ਵੇਖੋ ਲਿਆਉਂਦਾ ਉਹਨਾਂ ਦਾ ਤੇਰੀ ਕੋਟੀ ਬੜੀ ਫੇਵਰੇਟ ਹੈ ਮੇਰੀ ਮੈਨੂੰ ਬਹੁਤ ਹੀ ਸੋਹਣੀ ਲੱਗਦੀ ਹੈ ਉਹਨਾਂ ਤੋਂ ਮਹਾ ਹੀ ਆਈ ਫਸ ਮੈਂ ਵੱਡੇ ਬੜੇ ਸਾਈਜ਼ ਲਾਉਂਦਾ ਰਹਾ ਇਹਦੇ ਵਿੱਚ ਵੱਡਾ ਸਾਈਜ਼ ਮਿਲਿਆ ਨਹੀਂ ਤੇ ਕਿਹੜੀ ਇਥੋਂ ਆਈ ਜਿਹੜੇ ਮਿਲਣਾ ਮਿਲ ਜਾਂਦੀਆਂ ਇਥੋਂ ਵੀ ਪਰ ਸੇਮ ਮਿਲੀ ਨਹੀਂ ਜਿੱਦਾਂ ਦੀ ਮੈਂ ਲੱਭਦਾ ਰਿਹਾ ਬੜਾ ਟਾਈਮ ਲਾਤਾ ਤੁਸੀਂ ਟਾਈਮ ਯਾਰ ਬਾਜ਼ਾਰ ਗਿਆ ਲੱਗੀ ਜਾਂਦਾ ਚੰਗੀਆਂ ਚੀਜ਼ਾਂ ਲੱਭ ਕੇ ਲਿਆਉਣੀਆਂ ਹੁੰਦਾ ਟਾਈਮ ਤਾਂ ਲੱਗਦਾ ਜੀ ਅੱਜ ਲੈਂਦੇ ਹੀਰੇ ਫੇਰ ਲੱਭ ਲੱਭ ਕੇ ਮੈਂ ਚਲੋ ਵਿਖਾਓ ਫਿਰ ਮਾਂ ਪਾਪਾ ਦੇ ਨਾਲ ਹੋਰ ਕੋਈ ਵੀ ਆਇਆ ਜੇ ਕੌਣ ਆਇਆ ਸੂਟ ਅੱਛਾ ਗਰਮ ਸੂਟ ਲੈਂਦੇ ਅੱਜ ਸਸਤੇ ਬੜੇ ਬੜੇ ਵਧੀਆ